today's programming on Bible Voice India. You're listening to Bible Voice India.ਸਾਰਿਆਂ ਸੁਣਨ ਵਾਲਿਆਂ ਦਾ ਸਾਡੇ ਨਾਲ ਸ਼ਾਮਿਲ ਹੋਣ ਲਈ ਸ਼ੁਕਰੀਆ। ਤੁਸੀਂ ਹਰ ਸੋਮਵਾਰ ਨੂੰ ਅਰਬੀ, ਹਰ ਬੁੱਧਵਾਰ ਨੂੰ ਉਰਦੂ ਤੇ ਹਰ ਜੁਮੇ ਨੂੰ ਪੰਜਾਬੀ ਵਿੱਚ ਇਸੇ ਵੇਲੇ ਬਾਈਬਲ ਦੇ ਪਾਕ ਹਵਾਲਿਆਂ ਦੀ ਤਲਾਵਤ ਨੂੰ ਸੁਣ ਸਕਦੇ ਹੋ। ਔਲਾਦ ਵਿੱਚੋਂ ਸੀ ਗਲੀਲ ਦੇ ਨਾਸਰਤ ਨਗਰੋਂ, ਯਹੂਦਿਆ ਵਿੱਚ ਦਾਊਦ ਦੇ ਨਗਰ ਨੂੰ ਜੋ ਬੈਤਲਹਿਮ ਕਹਾਉਂਦਾ ਹੈ ਗਿਆ। ਭਾਈ ਆਪਣੀ ਮੰਗ ਮਰੀਅਮ ਸਣੇ ਜੋ ਗਰਭਵਤੀ ਸੀ ਆਪਣਾ ਨਾਮ ਲਿਖਾਵੇ, ਅਤੇ ਇਉਂ ਹੋਇਆ ਕਿ ਉਹਨਾਂ ਦੇ ਉੱਥੇ ਹੁੰਦਿਆਂ ਮਰੀਅਮ ਦੇ ਜਣਨੇ ਦੇ ਦਿਨ ਪੂਰੇ ਹੋ ਗਏ, ਅਤੇ ਉਹ ਆਪਣਾ ਜੇਠਾ ਪੁੱਤਰ ਜਣੀ, ਔਰ ਉਹਨੂੰ ਕੱਪੜੇ ਵਿੱਚ ਵਲੇਟ ਕੇ ਖੁਰਲੀ ਵਿੱਚ ਰੱਖਿਆ, ਕਿਉਂ ਜੋ ਉਹਨਾਂ ਨੂੰ ਸਰਾਹ ਵਿੱਚ ਥਾਂ ਨਾ ਮਿਲਿਆ। ਉਸ ਦੇਸ਼ ਵਿੱਚ ਅਯਾਰੀ ਸਨ ਜੋ ਰੜ ਵਿੱਚ ਰਹਿੰਦੇ ਅਤੇ ਰਾਤ ਆਪਣੇ ਇੱਜ਼ਤ ਦੀ ਰਾਖੀ ਕਰਦੇ ਸਨ। ਪ੍ਰਭੂ ਦਾ ਇੱਕ ਦੂਤ ਉਹਨਾਂ ਦੇ ਕੋਲ ਆ ਖਲੋਤਾ, ਅਤੇ ਪ੍ਰਭੂ ਦਾ ਤੇਜ ਉਹਨਾਂ ਦੇ ਚਿਹਰੇ ਚਮਕਿਆ, ਅਤੇ ਉਹ ਬਹੁਤ ਹੀ ਡਰ ਗਏ। ਤਦ ਦੂਤ ਨੇ ਉਹਨਾਂ ਨੂੰ ਆਖਿਆ।